2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਵਿਕਾਸ ਪੱਖੀ ਕੀਤੇ ਵਾਅਦੇ ਮੁਤਾਬਕ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ ਵੱਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵੱਖ-ਵੱਖ ਪਿੰਡਾਂ ਲਾਹੌਰ ਬ੍ਰਾਂਚ ਸਿਸਟਮ ਦੇ ਰਜਬਾਹਾ ਦੇ ਨਵੀਨੀਕਰਨ ਅਤੇ ਕੰਕਰੀਟ ਲੈਨਿੰਗ ਦੀ ਉਸਾਰੀ ਅਤੇ ਨਵੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਸਮੇਂ ਸੰਬੋਧਨ ਕਰਦਿਆਂ ਸੁੱਖ ਸਰਕਾਰੀਆਂ ਨੇ ਕਿਹਾ ਕਿ ਹਲਕਾ ਰਾਜਾਸਾਂਸੀ ਵਿੱਚ ਸੜਕਾਂ ਦਾ 90% ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਕੰਮ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਪੂਰਾ ਹੋ ਜਾਵੇਗਾ। ਕਿਸਾਨੀ ਸੰਘਰਸ਼ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਉਹ ਸ਼ੁਰੂ ਤੋਂ ਹੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਆ ਰਹੇ ਹਨ। ਬਜਟ ਦੇ ਵਿੱਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਸੰਬੰਧੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਚੋਣਾਂ ਸਮੇਂ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਦੇਖੋ ਜੀ, ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਸਾਡਾ ਜਿਹੜਾ UBDC 'ਚ ਲਾਹੌਰ ਬ੍ਰਾਂਚ ਸੀਗੀ, ਜਿਹੜਾ ਕਿ ਕੰਮ ਮੇਰਾ ਖਿਆਲ ਪਿਛਲੇ 25-30 ਸਾਲਾਂ ਤੋਂ ਨਹੀਂ ਕਦੀ ਹੋਇਆ, ਉਹਨੂੰ ਲਾਈਨਿੰਗ ਕਰਨ ਦਾ, ਪੱਕੇ ਕਰਨ ਦਾ ਸਾਨੂੰ 150 ਕਰੋੜ ਰੁਪਈਆ ਜਿਹੜਾ ਫੰਡ ਜਾਰੀ ਕੀਤਾ ਉਹ ਅੱਜ ਉਦਘਾਟਨ ਕੀਤੇ ਆ। ਉਹਦੇ ਨਾਲ ਨਾਲ ਕੋਈ ਨਵੀਆਂ ਸੜਕਾਂ ਸੀ ਜਿਹੜੀਆਂ ਦਾ ਉਦਘਾਟਨ ਕਰਕੇ ਅੱਜ ਮੈਂ ਇੱਥੇ ਹੁਣ ਆਇਆ। ਕਿੰਨੇ ਕੁ ਲੱਗਦੇ ਨਾਲ ਜਿਹੜੀਆਂ ਰਾਜਾਸਾਂਸੀ ਹਲਕੇ ਦੇ ਵਿੱਚ ਸੜਕਾਂ ਦੇ ਉਦਘਾਟਨ ਕੀਤੇ ਗਏ? ਸੜਕਾਂ ਦਾ ਜਿਹੜਾ ਲਾਗਤ ਲੂਗ ਦਾ ਤਾਂ ਹਿਸਾਬ ਕੋਈ ਨਹੀਂ ਜੀ, ਸਾਡੇ ਕੋਲ ਜਿੰਨੀਆਂ ਆਈ ਜਾਂਦੀਆਂ ਪਰਮਾਤਮਾ ਦੀ ਕਿਰਪਾ ਨਾਲ ਕਰੀ ਜਾਂਦੇ ਹਾਂ ਜਿਹੜੀਆਂ ਕਰਨ ਵਾਲੀਆਂ ਜੀ। ਉੱਥੇ ਭਾਵੇਂ ਮੈਂ ਤੇ ਹਲਕੇ ਦੇ ਨਾਲ ਵਚਨ ਮੰਨਦੇ ਹਾਂ ਵੀ ਜਿੱਥੇ ਵੀ ਲੋੜ ਆ, ਭਾਵੇਂ ਜਿੰਨੇ ਮਰਜ਼ੀ ਪੈਸੇ ਲੱਗਣ, ਜਿੱਥੇ ਸੜਕ ਦੀ ਲੋੜ ਆ ਉੱਥੇ ਸੜਕ ਬਣਾ ਕੇ ਦੇਵਾਂਗੇ। ਆਹ ਹੁਣ ਕਦੀ ਸੋਚਿਆ ਹੀ ਨਹੀਂ ਸੀ ਕਿਸੇ ਨੇ ਆ ਨਹਿਰਾਂ ਦਾ, ਇਹ ਵੀ ਹੁਣ ਅਸੀਂ ਕਰਾ ਕੇ ਦਿੱਤਾ ਜਿਹੜਾ ਸਾਡੇ। ਔਰ ਮੇਰਾ ਖਿਆਲ ਆ ਵੀ ਆਹ ਸੀਜ਼ਨ ਅਗਲੇ ਸਾਲ ਦੇ, ਮਤਲਬ ਇਸ ਸਾਲ ਦੇ ਅਖੀਰ ਤੱਕ ਟੋਟਲ ਸਾਡੀਆਂ ਜਿਹੜੀਆਂ ਇਸ ਹਲਕੇ ਦੀਆਂ ਉਹ ਸਾਰੀਆਂ ਪੱਕੀਆਂ। ਕਿੰਨੇ ਕੁ ਪਰਸੈਂਟ ਜਿਹੜਾ ਕੰਮ ਹੋ ਚੁੱਕਾ ਰਾਜਾਸਾਂਸੀ ਹਲਕੇ ਦੇ ਵਿੱਚ? ਰਾਜਾਸਾਂਸੀ ਤਾਂ ਕੰਮ, ਵੇਖੋ ਕੰਮ ਕਦੀ ਵੀ ਨਹੀਂ ਮੁੱਕਦੇ ਹੁੰਦੇ ਸਾਡੇ ਹਿਸਾਬ ਨਾਲ, ਤਾਂ ਇਸ ਵੇਲੇ ਜਿਹੜੇ ਪਿੰਡਾਂ ਦੇ ਜਾਂ ਮੇਨ ਸੜਕਾਂ ਦਾ ਤਾਂ ਕੋਈ ਕੰਮ ਰਹਿ ਹੀ ਨਹੀਂ ਜਾਣਾ, ਕਿਉਂਕਿ ਸੜਕਾਂ 90% ਤਾਂ ਅਸੀਂ ਵੈਸੇ ਹੀ ਡਬਲ ਕਰ ਦਿੱਤੀਆਂ ਹਲਕੇ ਦੀਆਂ, ਜਿੱਥੇ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜਾਂਦੀਆਂ, ਅਤੇ ਜਿਹੜੀਆਂ ਪਿੰਡ ਜਾ ਕੇ ਖਤਮ ਹੁੰਦੀਆਂ ਉਹ ਲਿੰਕ ਰੋਡ ਜਾਂ ਜਿੱਥੇ ਹੋਰ ਵੀ ਕੋਈ ਡਿਮਾਂਡ ਹੈ ਉਹ ਵੀ ਮੇਰਾ ਖਿਆਲ ਪੂਰੀ ਕਰਦਾ। ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਜਿੱਥੇ ਪਾਸ ਕੀਤੇ ਨੇ, ਉੱਥੇ ਕੱਲ੍ਹ ਇਹਨਾਂ ਨੇ ਫਿਰ ਇੱਕ ਨਵਾਂ ਫੈਸਲਾ ਦਿੱਤਾ ਕਿ ਜੋ ਵੀ ਇਹਦੀ ਆਮਦਨ ਹੋਏਗੀ ਕਿਸਾਨਾਂ ਦੇ ਸਿੱਧੇ ਖਾਤੇ ਵਿੱਚ ਜਾਏਗੀ, ਆੜ੍ਹਤੀਆਂ ਨੂੰ ਸਾਈਡ 'ਤੇ ਕੱਢ ਦਿੱਤਾ ਹੈ। ਦੇਖੋ, ਉਹਨਾਂ ਨੇ ਜਾਣ ਬੁੱਝ ਕੇ ਸੈਂਟਰ ਗੌਰਮੈਂਟ ਨੇ ਕਈ ਕੁਝ ਕਰਨਾ ਜੀ, ਪਰ ਪੰਜਾਬ ਸਰਕਾਰ ਇਸ ਗੱਲ ਲਈ ਵਚਨਬੰਦ ਆ। ਮੁੱਖ ਮੰਤਰੀ ਸਾਹਿਬ ਨੇ ਫਿਰ ਐਰਕਾਂ, ਮੈਂ ਤਾਂ ਨਹੀਂ ਜਾ ਸਕਿਆ ਅਸੈਂਬਲੀ 'ਚ, ਪਰ ਅਸੈਂਬਲੀ 'ਚ ਫਿਰ ਐਰਕਾਂ ਪਾਸ ਕੀਤਾ। ਬਿਲਕੁਲ ਅਸੀਂ ਜ਼ਿਮੀਂਦਾਰਾਂ ਦੇ ਨਾਲ ਹਾਂ, ਕਿਸਾਨਾਂ ਦੇ ਨਾਲ ਹਾਂ, ਇਹਨਾਂ ਕਾਨੂੰਨਾਂ ਦੇ ਖਿਲਾਫ ਹਾਂ ਔਰ ਬਿਲਕੁਲ ਇਹ ਲਾਗੂ ਨਹੀਂ। ਪੰਜਾਬ ਸਰਕਾਰ ਨੇ ਔਰਤਾਂ ਦੀ ਜਿਹੜੀ ਆ ਫ੍ਰੀ ਕਿਰਾਇਆ ਰੋਡ ਵਿੱਚ ਬੱਸਾਂ ਦੇ ਵਿੱਚ ਮਾਫ਼ ਕੀਤਾ ਹੈ, ਕਿੰਨੀ ਕੁ ਰਾਹਤ ਮਿਲੂਗੀ ਲੋਕਾਂ ਨੂੰ ਇਹਦੇ ਵਿੱਚ? ਨਹੀਂ ਨਹੀਂ ਉਹਦੇ 'ਚ ਵੇਖੋ, ਲੇਡੀਜ਼ ਲਈ ਤਾਂ ਬੜੀ ਚੰਗੀ ਗੱਲ ਹੈ ਜੀ, ਲੇਡੀਜ਼ ਨੂੰ ਮੁਫ਼ਤ ਸਫ਼ਰ ਕਰਨਗੀਆਂ ਔਰ ਇਹ ਮੁੱਖ ਮੰਤਰੀ ਸਾਹਿਬ ਦਾ ਵਾਅਦਾ ਸੀਗਾ, ਉਹਨਾਂ ਪੂਰਾ ਕਰਤਾ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਤੁਹਾਡਾ ਤੇ ਕਿਹੜਾ ਪਿੰਡ ਆ ਤੇ ਕੀ ਅੱਜ ਸਰਕਾਰੀ ਸਾਹਿਬ ਨੇ ਕੀਤਾ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਲਖਬੀਰ ਸਿੰਘ, ਪਿੰਡ ਘੁਆਲੀ, ਮੌਜੂਦਾ ਸਰਪੰਚ। ਮੈਂ ਸੁੱਖ ਸਰਕਾਰੀਆ ਤਹਿਤ ਨੂੰ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦਾ ਅੱਜ ਸੂਏ ਦਾ ਉਦਘਾਟਨ ਕੀਤਾ। ਇਹ ਜਿਹੜਾ ਸਦੀਆਂ ਪੁਰਾਣਾ ਸੂਆ ਕੱਚਾ ਚੱਲਦਾ ਹੋ ਰਿਹਾ ਸੀ, ਅੱਜ ਤੋਂ ਇਹ ਹੁਣ ਪੱਕਾ ਬਣ ਕੇ ਸਾਰੇ ਥਾਈਂ ਅੱਗੇ ਤੱਕ ਪਾਣੀ ਜਾਊਗਾ, ਇਹਦਾ ਸਾਰੇ ਇਲਾਕੇ ਨੂੰ ਫਾਇਦਾ ਹੋਊਗਾ। ਇਹ ਕਿੰਨਾ ਕੁ ਵਿਕਾਸ ਕੀਤਾ ਤੁਹਾਡੇ ਪਿੰਡ ਘੁਆਲੀ ਦੀ ਗੱਲ ਕਰੀਏ ਤਾਂ? ਪਿੰਡ ਦਾ ਇਸ ਟਾਈਮ ਤੱਕ ਸਾਡਾ 70-75% ਕੰਮ ਹੋ ਚੁੱਕਾ ਵਾ, ਬਾਕੀ ਜਿਹੜਾ ਰਹਿੰਦਾ 10-20% ਉਹ ਵੀ ਅਸੀਂ 2-3 ਮਹੀਨਿਆਂ ਦੇ ਵਿੱਚ ਕਰਾ ਦੇਣਾ। ਕੀ ਕੀ ਕਰਵਾ ਰਹੇ ਪਿੰਡ ਦੇ ਵਿੱਚ, ਕਿਹੜੇ ਕੰਮ ਹੋ ਰਹੇ ਨੇ? ਪਿੰਡ ਦੇ ਵਿੱਚ ਸਟੇਡੀਅਮ ਦਾ ਕੰਮ ਚੱਲਣ ਡਿਆ, ਮੜੀਆਂ ਦਾ ਕੰਮ ਇੱਕ ਦਾ ਸਾਡੇ ਪੂਰਾ ਹੋ ਚੁੱਕਾ, ਦੂਜੀਆਂ ਦਾ ਜੇ ਚੱਲਣ ਡਿਆ ਕੰਮ, ਬਾਕੀ ਜਿਹੜਾ ਗਲੀਆਂ ਨਾਲੀਆਂ ਦਾ ਕੰਮ ਆ ਉਹ ਸਾਡਾ 20-25% ਰਹਿ ਗਿਆ, ਬਾਕੀ ਅਸੀਂ ਕਰਾ ਚੁੱਕੇ ਹਾਂ। ਬਾਕੀ ਜਿਹੜਾ ਰਸਤਿਆਂ ਦਾ ਕੰਮ ਆ, ਰਸਤਿਆਂ ਦਾ ਤਕਰੀਬਨ ਅਸੀਂ 90% ਕੰਮ ਸਾਡਾ ਪੱਕੇ ਆ। ਕੀ ਮੰਨਦੇ ਹੋ 4 ਸਾਲ ਦੇ ਵਿੱਚ ਕਾਂਗਰਸ ਨੇ ਕਿੰਨਾ ਕੁ ਕੰਮ ਕੀਤਾ ਹੈ? ਨਹੀਂ, ਸਾਡੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਕੀਤਾ, ਸਾਡੇ ਪਿੰਡ ਦਾ ਪਹਿਲਾਂ ਸਾਰਾ ਕੱਚਾ ਪਿੰਡ ਸੀ, ਹੁਣ ਇਸ ਟਾਈਮ 'ਤੇ ਅਸੀਂ ਬਹੁਤ ਜ਼ਿਆਦਾ। ਕਿੰਨੀ ਕੁ ਗ੍ਰਾਂਟ ਪਿੰਡ 'ਚ ਲਗਭਗ ਲੱਗ ਚੁੱਕੀ? ਇਸ ਟਾਈਮ ਤੱਕ ਅਸੀਂ 1.5 ਕਰੋੜ ਰੁਪਈਆ ਖਰਚ ਚੁੱਕੇ ਹਾਂ, ਬਾਕੀ ਅਜੇ ਸਾਨੂੰ ਪੈਸਿਆਂ ਤੋਂ ਕੋਈ ਕਮੀ ਨਹੀਂ ਹੈ। ਅਕਸਰ ਸਰਕਾਰਾਂ ਵੱਲੋਂ ਨੀਂਹ ਪੱਥਰ ਤਾਂ ਰੱਖ ਦਿੱਤੇ ਜਾਂਦੇ ਨੇ ਪਰ ਉਹ ਉਦਘਾਟਨਾਂ ਵਿੱਚ ਤਬਦੀਲ ਨਹੀਂ ਹੁੰਦੇ। ਹੁਣ ਵੇਖਣਾ ਹੋਵੇਗਾ ਕਿ ਸੁੱਖ ਸਰਕਾਰੀਆਂ ਵੱਲੋਂ ਸ਼ੁਰੂ ਕੀਤੇ ਵਿਕਾਸ ਕਾਰਜ ਕਦੋਂ ਨੇਪਰੇ ਚੜ੍ਹਦੇ ਹਨ। ਸਕਾਈ ਨਿਊਜ਼ ਪੰਜਾਬ ਲਈ ਰਾਜਾਸਾਂਸੀ ਤੋਂ ਜਗਤਾਰ ਮਾਹਲਾ ਦੀ ਰਿਪੋਰਟ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।